ਸਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਜਿੱਦਾਂ ਕਿ ਤੁਹਾਡੇ ਕਾਫੀ ਸਾਰੇ ਮੈਸੇਜ ਆਏ ਆਪਣੀ ਆ ਵੀਡੀਓ ਪਾਉਣ ਤੋਂ ਬਾਅਦ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਵੀ ਕੀਤੇ ਉਹਨਾਂ ਨੇ ਬਾਰ-ਬਾਰ ਪੁੱਛਿਆ ਕਿ ਫਲਾਈਟਾਂ ਬਾਰੇ ਦੱਸਿਓ ਤੇ ਫਲਾਈਟਾਂ ਬਾਰੇ ਇਹ ਆ ਜਿਹੜੀ ਗੱਲ ਜਿਹੜੀ ਕਲੀਅਰਲੀ ਗੱਲ ਆ ਕਿ ਜਿਹੜੀਆਂ ਫਲਾਈਟਾਂ ਹਜੇ ਨਹੀਂ ਚੱਲਣੀਆਂ ਠੀਕ ਹੈ ਹਜੇ ਬੰਦਾ ਹਜੇ ਕੋਈ ਅਪਡੇਟ ਨਹੀਂ ਹੈਗੀ ਇਹਦੇ ਬਾਰੇ ਕਿਉਂਕਿ ਮੈਂ ਖੁਦ ਜਿਹੜੀ ਕਾਲ ਕੀਤੀ ਸੀਗੀ ਆਪਣੇ ਇੱਥੇ ਇੰਡੀਆਨ ਐਮਬੈਸੀ ਸਾਈਪ੍ਰਸ ਸਾਈਪ੍ਰਸ ਜਿਹੜੀ ਇੰਡੀਆਨ ਐਮਬੈਸੀ ਆ ਉਹਦੇ ਵਿੱਚ ਕਾਲ ਲਾ ਕੇ ਪੁੱਛਿਆ ਸੀਗੀ ਕਿ ਕੋਈ ਬੰਦੇ ਆ ਆਸਾ ਇੰਡੀਆ ਤੋਂ ਬੰਦੇ ਆ ਸਕਦੇ ਆ ਜਾਂ ਨਹੀਂ ਆ ਸਕਦੇ ਜਾਂ ਜਿਹੜੇ ਬੰਦੇ ਛੁੱਟੀ ਗਏ ਆ ਜਾਂ ਨਵੇਂ ਬੰਦੇ ਨਰੋਕ ਆ ਜਾਂ ਜਿਹੜੇ ਛੁੱਟੀ ਬੰਦੇ ਗਏ ਹੋਏ ਆ ਉਹ ਆ ਸਕਦੇ ਆ ਜਾਂ ਨਹੀਂ ਆ ਸਕਦੇ ਇਸ ਬਾਰੇ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਹਜੇ ਇਸ ਬਾਰੇ ਕੋਈ ਅਪਡੇਟ ਨਹੀਂ ਹੈਗੀ ਹਜੇ ਨਹੀਂ ਕੋਈ ਆ ਸਕਦਾ ਸਭ ਬੈਮ ਆ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਕਦੋਂ ਤੱਕਰ ਕੋਈ ਹੋ ਸਕਦਾ ਕਦੋਂ ਤੱਕਰ ਓਪਨ ਹੋ ਸਕਦਾ ਹੈ ਇਹਦਾ ਕੋਈ ਅੰਦਾਜ਼ਾ ਕਹਿੰਦੇ ਵੀ ਇਹਦਾ ਕੋਈ ਅੰਦਾਜ਼ਾ ਨਹੀਂਗਾ ਸਾਈਪ੍ਰਸ ਮਿਨਿਸਟਰੀ ਆਫ ਹੈਲਥ ਜਿਹੜੀ ਆ ਵੈਬਸਾਈਟ ਉੱਤੇ ਜਦੋਂ ਕੋਈ ਅਪਡੇਟ ਹੋਈ ਉਹਨਾਂ ਨੇ ਕਿਹਾ ਕਿ ਤੁਹਾਨੂੰ 10 ਦਾਗੇ ਠੀਕ ਹੈ ਜਿਹੜੀ ਇਹ ਗੱਲਬਾਤ ਆਪਾਂ ਫੋਨ ਤੇ ਕਰਕੇ ਜਿਹੜੀ ਆ ਮੈਂ ਤਾਂ ਤੁਹਾਡੇ ਨਾਲ ਕਲੀਅਰ ਗੱਲ ਕਰਨ ਜਾਂ ਵੀ ਹਜੇਕਰ ਜਿਹੜੀਆਂ ਫਲਾਈਟਾਂ ਵਗੈਰਾ ਨਹੀਂ ਚੱਲ ਰਹੀਆਂ ਕਿਸੇ ਨੂੰ ਮਤਲਬ ਸਾਈਪਰ ਇੰਡੀਆ ਤੋਂ ਸਾਈਪਰਸ ਫਲਾਈਟਾਂ ਜਿਹੜੀਆਂ ਨਹੀਂ ਆ ਰਹੀਆਂ ਬਾਕੀ ਇੱਕ ਵਾਰੀ ਕਨਫਰਮ ਤੁਸੀਂ ਵੀ ਕਰ ਸਕਦੇ ਆ ਠੀਕ ਹੈ ਤੇ ਜਿੱਥੇ ਵੀ ਜੇ ਤੁਹਾਡਾ ਕਿਸੇ ਨਾਲ ਕੰਟੈਕਟ ਹੈਗਾ ਵਧੀਆ ਬੰਦਿਆਂ ਨਾਲ ਉਹਨਾਂ ਨੂੰ ਵੀ ਕਾਲ ਕਰਕੇ ਤੇ ਪਤਾ ਕਰ ਸਕਦੇ ਆ ਠੀਕ ਹੈ ਤੇ ਦੂਜੀ ਗੱਲ ਜਿਨ੍ਹਾਂ ਦੇ ਦੋਨੋਂ ਵੈਕਸੀਨ ਲੱਗ ਗਿਆ ਜਦੋਂ ਮੈਂ ਪਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਵੀ 1 ਜੁਲਾਈ ਤੋਂ ਜਦੋਂ ਸਾਰੇ ਯੂਰਪ ਕੰਟੀਨ ਵਿੱਚ ਡਿਜੀਟਲ ਸਰਟੀਫਿਕੇਟ ਬਣ ਜਾਣਾ ਹੈ ਤੇ ਉਹ ਜਿਹੜੀ ਕਿ ਆ ਸਾਈਪ੍ਰਸ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਵੈੱਬਸਾਈਟ ਅਲਾਉਂਚ ਕਰ ਦਿੱਤੀ ਹੈ ਠੀਕ ਹੈ ਤੇ ਉਹਦੇ ਉੱਤੇ ਜਾ ਕੇ ਸਹਿਤ ਆਪਾਂ ਜਿਨ੍ਹਾਂ ਦੇ ਦੋਨੋਂ ਡੋਸ ਲੱਗ ਗਿਆ ਆ ਉਹ ਜਾ ਕੇ ਆਪਾਂ ਤੁਸੀਂ ਉੱਥੇ ਸਰਟੀਫਿਕੇਟ ਆਪਣਾ ਡਾਊਨਲੋਡ ਕਰ ਸਕਦੇ ਆ ਉਹਦਾ ਤਰੀਕਾ ਕੀ ਆ ਮੈਂ ਵੀਡੀਓ ਦੇ ਉੱਤੇ ਸ਼ੋਅ ਕਰ ਦੂੰਗਾ ਠੀਕ ਹੈ ਉਹ ਤੁਸੀਂ ਜਾ ਕੇ ਦੇਖ ਸਕਦੇ ਆ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਬੋਲ ਕੇ ਪਹਿ ਉਦੇ ਉੱਤੇ ਜਦੋਂ ਤੁਸੀਂ ਫਿਰ ਓਪਨ ਕਰਦੇ ਹੋ ਉਹ ਖੁੱਲ ਕੇ ਆਉਂਦਾ ਹੈ ਜਦੋਂ ਉਹ ਪੇਜ ਖੁੱਲਦਾ ਹੈ ਠੀਕ ਉੱਤੇ ਲਿਖਿਆ ਹੁੰਦਾ ਵੀ ਤੁਸੀਂ ਦੱਸ ਦਿੰਦੇ ਆ ਸਿਰਫ ਚਾਰ ਸਟੈਪਾ ਕਰਨੇ ਉਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ ਪਹਿਲਾਂ ਤੁਸੀਂ ਜਿੱਦਾਂ ਵਾਂ ਸਿਲੈਕਟ ਕਰ ਲੈਣਾ ਵਾ ਸਰਟੀਫਿਕੇਟ ਸਿਲੈਕਟ ਕਰਨਾ ਵਾ ਕਾਹਦਾ ਬਣਾਉਣਾ ਵਾ ਵੈਕਸੀਨ ਦਾ ਜਾਂ ਕੋਈ ਥੱਲੇ ਉਹਨਾਂ ਨੇ ਦੱਸੇ ਹੋਏ ਆ ਕਿਹੜੀਆਂ-ਕਿਹੜੀਆਂ ਆਪਸ਼ਨਾਂ ਜਦਾਂ ਆ ਜਾਂਦੀਆਂ ਤਿੰਨ-ਚਾਰ ਆ ਜਾਂਦੀਆਂ ਤੇ ਜੇ ਆਪਾਂ ਜਿਹੜਾ ਉੱਪਰਲਾ ਐਕਸ਼ਨ ਆ ਦੂਸਰਾ ਆਪਸ਼ਨ ਆ ਪਹਿਲਾ ਨੰਬਰ ਜਿਹੜਾ ਵੈਕਸੀਨੇਸ਼ਨ ਹਲਾ ਠੀਕ ਆ ਜੀ ਤੁਹਾਡੇ ਦੋਨੋਂ ਡੋਜ਼ ਲੱਗ ਗਿਆ ਉਹ ਸਿਲੈਕਟ ਕਰਕੇ ਨੈਕਸਟ ਕੰਮ ਤੋਂ ਬਾਅਦ ਕੰਟੀਨਿਊ ਜਾ ਆਉਣਾ ਜਾਂ ਨੈਕਸਟ ਆਉਣਾ ਕੰਟੀਨਿਊ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਉੱਥੇ ਆਉਂਦਾ ਵਾ ਆਈਡੀ ਜਿਹੜੀ ਇੱਕ ਹੁੰਦਾ ਏਲੀਨ ਬੁੱਕ ਜਿੱਦਾਂ ਜਿੱਦਾਂ ਆ ਜਾਂਦਾ ਵਾ ਉਹ ਹੁੰਦਾ ਆਪਣਾ ਏਆਰਸੀ ਨੰਬਰ ਜਿੱਦਾਂ ਆਪਣੀ ਪਿੰਕ ਸਲਿੱਪ ਹੁੰਦੀ ਆ ਏਆਰਸੀ ਨੰਬਰ ਹੁੰਦਾ ਉੱਤੇ ਉਹ ਸੇਮ ਹੀ ਰਹਿੰਦਾ ਭਲਾ ਆਪਣਾ ਵੀਜ਼ਾ ਖਤਮ ਹੋ ਗਿਆ ਜਾਂ ਨਹੀਂ ਹੋ ਗਿਆ ਕਿਉਂਕਿ ਉਹ ਜਿਹੜਾ ਨੰਬਰ ਹੁੰਦਾ ਵਾ ਜਦੋਂ ਆਪਾਂ ਸਾਈਪ੍ਰਸ 'ਚ ਐਂਟਰੀ ਕਰਦੇ ਆ ਉਹ ਹੁੰਦਾ ਵਾ ਰਜਿਸਟ੍ਰੇਸ਼ਨ ਨੰਬਰ ਹੁੰਦਾ ਠੀਕ ਹੈ ਸਾਈਪ੍ਰਸ 'ਚ ਆਪਾਂ ਐਂਟਰੀ ਨੰਬਰ ਹੁੰਦਾ ਹੈ ਉਹ ਏਲੀਨ ਬੁੱਕ ਵੀ ਕਹਿ ARC ਨੰਬਰ ਜਿਹੜਾ ਸੇਮ ਹੋ ਏਲੀਨ ਬੁੱਕ ਤੇ ਵੀ ਹੁੰਦਾ ਤੇ ਇਸੇ ਆਪਣੇ ਜਿਹੜਾ ਪਿੰਕ ਸਲਿੱਪਾਂ ਦਾ ਉੱਤੇ ਹੁੰਦਾ ਆ ਜੇ ਤੁਸੀਂ ਪਿੰਕ ਸਲਿੱਪ ਨਹੀਂ ਐਡ ਕਰਨਾ ਫਿਰ ਤੁਸੀਂ ਪਾਸਪੋਰਟ ਵੀ ਕਰ ਸਕਦੇ ਹੋ ਉੱਥੇ ਪਾਸਪੋਰਟ ਸਿਲੈਕਟ ਕਰ ਸਕਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਉੱਤੇ ਜਦੋਂ ਪਾਸਪੋਰਟ ਸਿਲੈਕਟ ਕਰਕੇ ਆਪਣੀ ਡੇਟ ਆਫ ਬਰਥ ਭਰਨੀ ਆ ਤੇ ਮਤਲਬ ਜਿਹੜਾ ਵਾ ਗਾਂ ਫਿਰ ਡੇਟ ਆਫ ਬਰਥ ਭਰ ਕੇ ਉਸ ਤੋਂ ਬਾਅਦ ਜਿਹੜਾ ਵਾ ਨੈਕਸਟ ਕਰਨਾ ਆ ਜਿਹੜਾ ਵੀ ਜੋ ਤੁਸੀਂ ਪਾਸਪੋਰਟ ਆਈਡੀ ਭਰ ਕੇ ਆ ਪਾਸਪੋਰਟ ਦਾ ਜਿਹੜਾ ਨੰਬਰ ਭਰਨਾ ਜਦੋਂ ਆਪਾਂ ਪਾਸਪੋਰਟ ਸਿਲੈਕਟ ਕਰਦੇ ਆ ਉੱਤੇ ਪਾਸਪੋਰਟ ਦਾ ਨੰਬਰ ਭਰਨਾ ਜਿੱਥੇ ਥ ਠੀਕ ਹੈ ਦੋਸਤੋ ਬਾਅਦ ਆਪਣੀ ਡੇਟ ਆਫ ਬਰਥ ਡੇਟ ਆਫ ਬਰਥ ਤੋਂ ਬਾਅਦ ਫਿਰ ਆਪਾਂ ਨੈਕਸਟ ਕਰ ਦੇਣਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਜਿਹੜਾ ਕੀ ਆ OTP ਜਿਹੜਾ ਆਪਣੇ ਮੋਬਾਈਲ ਤੇ ਜਿਹੜਾ ਨਾਲ ਆਪਣਾ ਨੰਬਰ ਭਰਨਾ ਪੈਣਾ ਹੈ OTP ਆਊਗਾ OTP ਆਉਣ ਤੋਂ ਬਾਅਦ ਫਿਰ ਆਪਾਂ ਉਹਨੂੰ ਜਿਹੜੀ PDF ਫਾਈਲ ਹੈ ਜਿਹੜੀ ਉਹ ਡਾਊਨਲੋਡ ਕਰ ਡਾਊਨਲੋਡ ਕਰ ਸਕਦੇ ਆ ਉਹ ਆਪਣਾ ਕੋਲ ਸਰਟੀਫਿਕੇਟ ਆ ਜਾਊਗਾ ਜਿਹੜੀ ਉਹ ਆਪਨ ਕੋ ਆਪਸ਼ਨ ਆ ਜਾਊਗੀ ਸੋ ਦੋਸਤੋ ਅੱਜ ਦੀ ਵੀਡੀਓ ਚ ਇੰਨੀ ਕੀ ਜਾਣਕਾਰੀ ਆ ਜੇਕਰ ਚੰਗੀ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਦੇ ਦੋਨੋਂ ਡੋਸ ਲੱਗ ਗਿਆ ਉਹ ਆਪਣਾ ਸਰਟੀਫਿਕੇਟ ਲੈ ਸਕਦੇ ਆ ਕਿਤੇ ਵੀ ਆ ਜਾ ਸਕਦੇ ਆ ਸਰਟੀਫਿਕੇਟ ਆਪਣਾ ਫੋਨ ਚ ਵੀ ਰੱਖ ਸਕਦੇ ਆ ਜਦੋਂ ਪੀਐਫਡੀ ਫਾਈਲ ਆ ਜਦੋਂ ਵੀ ਕੋਈ ਤੁਹਾਨੂੰ ਪੁੱਛੇ ਉਹ ਤੁਸੀਂ ਇਹਦਾ ਦਿਖਾ ਸਕਦੇ ਆ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਣਾ ਕਿਉਂਕਿ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਇਸ ਚੈਨਲ ਦੇ ਵਿੱਚ ਅਪਲੋਡ ਕਰਦੇ ਰਹੇ ਨੇ ਜਾਣਕਾਰੀ ਵਾਲੀਆਂ ਖਾਸ ਕਰਕੇ ਸਾਈਪ੍ਰਸ ਬਾਰੇ ਧੰਨਵਾਦ ਰਬੜਾ